ਮਹਾਂ ਭਉ ਜਲ ਲੰਘੀ ਐ ਸਦਾ ਹਰ ਗੁਣ ਗਾਓ। ਗੁਰੂ ਪਿਆਰਿਓ, ਗੁਰੂ ਸਵਾਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ। ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ 'ਤੇ ਨਵੇਂ ਆਏ ਨੇ, ਸਾਰਿਆਂ ਦਾ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਗੁਰਮੁਖ ਪਿਆਰਿਓ, ਆਪਾਂ ਜਿਹੜੀ ਬੇਨਤੀ ਅੱਜ ਸਾਂਝੀ ਕਰਨ ਜਾ ਰਹੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਬੀਬੀਆਂ ਗੁਰੂ ਘਰ ਜਾ ਕੇ ਇਹ ਵੱਡੀ ਗਲਤੀ ਨਾ ਕਰਨ। ਅਤੇ ਆਓ ਆਪਾਂ ਬੇਨਤੀਆਂ ਪ੍ਰਾਰੰਭ ਕਰੀਏ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ, ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅਤੇ ਗੁਰਮੁਖ ਪਿਆਰਿਓ, ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਜਿਹੜਾ ਹੈ ਉਹ ਆਰੰਭ ਹੈ। ਔਰ ਫਤਿਹਗੜ੍ਹ ਸਾਹਿਬ ਦੀ ਜਿਹੜੀ ਜੇ ਆਪਾਂ ਗੱਲ ਕਰੀਏ, ਸ਼ਹੀਦੀ ਜੋੜ ਮੇਲੇ ਦੀ ਆਰੰਭਤਾ ਹੋਣ ਵਾਲੀ ਹੈ। ਗੁਰਮੁਖ ਪਿਆਰਿਓ, ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਇਹ ਦੋ ਥਾਵਾਂ ਨੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਉਹਨਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ। ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦੇ ਅਤੇ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ। ਗੁਰਮੁਖ ਪਿਆਰਿਓ, ਹੁਣ ਉਹ ਐਸੀਆਂ ਸ਼ਹੀਦੀਆਂ ਨੇ, ਐਸੀਆਂ ਸ਼ਹਾਦਤਾਂ ਨੇ ਪਿਆਰਿਓ, ਜਿਨ੍ਹਾਂ ਨੂੰ ਯਾਦ ਕਰਦਿਆਂ ਦੇਖੋ ਰੂਹ ਵੀ ਕੰਬ ਉੱਠਦੀ ਹੈ। ਕਿੰਨੀਆਂ ਕੁ ਭੈੜੀਆਂ ਉਸ ਵੇਲੇ ਘੜੀਆਂ ਹੋਵਣਗੀਆਂ, ਜਿਨ੍ਹਾਂ ਨੇ ਉਸ ਥਾਂ ਦੇ ਉੱਪਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੇ ਸਰੀਰ ਨੂੰ ਉਹ ਘੜੀਆਂ ਨੇ ਆਪਣੇ ਅੱਖੀਂ ਤੱਕਿਆ ਹੋਵੇਗਾ। ਅਤੇ ਇੱਧਰੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਗਰਾ ਵੇਖੀਏ, ਸਤ ਸੰਗਤ ਮਮਟੀ 'ਤੇ ਖੜ੍ਹੇ ਜਕਾਰੇ ਛੱਡ ਰਹੇ ਨੇ। ਜਦੋਂ ਵੱਡੇ ਸਾਹਿਬਜ਼ਾਦਾ ਜੀ ਦੀ ਸ਼ਹੀਦੀ ਹੁੰਦੀ ਹੈ ਉਦੋਂ ਵੀ, ਅਤੇ ਜਦੋਂ ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਉਸ ਵੇਲੇ ਵੀ ਜਕਾਰੇ ਛੱਡਦੇ ਪਏ ਨੇ, ਰੋਏ ਨਹੀਂ, ਵੈਰਾਗ ਨਹੀਂ ਕੀਤਾ। ਸਤਿਗੁਰੂ ਦਾ ਇੰਨਾ ਵੱਡਾ ਹਿਰਦਾ, ਮੈਂ ਧੰਨ ਸਮਝਦਾ ਸਤਿਗੁਰੂ ਨੂੰ। ਆਪਾਂ ਨੂੰ ਫੋਨ 'ਤੇ ਆਪਣੇ ਪਰਿਵਾਰ ਦੀ ਕੋਈ ਖਬਰ ਦੇ ਦੇ ਕਿ ਢਿੱਲਾ ਮੱਠਾ ਹੋ ਗਿਆ, ਮੈਂ ਕਹਿੰਦਾ ਆਪਣੇ ਹੱਥਾਂ ਪੈਰਾਂ ਨੂੰ ਪੈ ਜਾਂਦੀ ਹੈ। ਪਰ ਸਤਿਗੁਰੂ ਦੇ ਸਾਹਮਣੇ ਅਤੇ ਗੁਰੂ ਦੇ ਸਾਹਿਬਜ਼ਾਦੇ ਰਣ ਤੱਤੇ ਵਿੱਚ ਜੂਝਦੇ ਹੋਏ ਸ਼ਹੀਦ ਹੋ ਰਹੇ ਨੇ, ਅਤੇ ਮੈਂ ਬੇਨਤੀ ਕਰਾਂ ਪਿਆਰਿਓ, ਦੇਖੋ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਗਰਾ ਕਿਹੋ ਜਿਹਾ ਹੈ ਸੱਜਣੋ, ਜਿਹੜਾ ਕਿ ਬਿਲਕੁਲ ਵੀ ਨਹੀਂ ਡੋਲ ਰਿਹਾ। ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ, ਅਤੇ ਗੁਰੂ ਦੀ ਮਾਤਾ ਗੁਜਰ ਕੌਰ ਸ਼ਹੀਦੀ ਪ੍ਰਾਪਤ ਕਰ ਜਾਂਦੀ ਹੈ। ਅਤੇ ਜਦੋਂ ਸਤਿਗੁਰੂ ਨੂੰ ਪਤਾ ਲੱਗਦਾ ਹੈ, ਸਤਿਗੁਰੂ ਉਦੋਂ ਵੀ ਵੈਰਾਗ ਨਹੀਂ ਕੀਤਾ, ਉਦੋਂ ਵੀ ਰੋਏ ਨਹੀਂ, ਅੱਖਾਂ ਨਮ ਨਹੀਂ ਹੋਈਆਂ, ਮੱਥੇ 'ਤੇ ਕਿਸੇ ਪ੍ਰਕਾਰ ਦੀ ਕੋਈ ਸ਼ਿਕਰ ਨਹੀਂ ਆਈ। ਦੇਖੋ ਜਿਗਰਾ ਮੇਰੇ ਕਲਗੀਆਂ ਵਾਲੇ ਦਾ ਹਿਰਦਾ ਵੇਖੋ ਕਿੰਨਾ ਵੱਡਾ ਵਿਸ਼ਾਲ ਹੋਵੇਗਾ। ਗੁਰਮੁਖ ਪਿਆਰਿਓ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਨਾ ਕਿ ਜਦੋਂ ਵੀ ਆਪਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਹਾਜ਼ਰੀਆਂ ਲਵਾਈਏ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕੀਏ। ਇਹ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ, ਖਾਸ ਕਰਕੇ ਬੀਬੀਆਂ ਅਤੇ ਵੀਰ ਮੇਰੀਆਂ ਭੈਣਾਂ ਜ਼ਰੂਰ ਧਿਆਨ ਦੇ ਕੇ ਸੁਣਿਓ।
ਗੁਰੂ ਘਰ ਜਾਣਾ ਅਤੇ ਆਪਣੇ ਕੇਸਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਣਾ ਅਤੇ ਕਈ ਬੀਬੀਆਂ ਫੈਸ਼ਨ ਦੇ ਦੌਰ ਦੇ ਵਿੱਚ ਪੈ ਕੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡ ਕੇ ਜਾਂਦੀਆਂ ਨੇ। ਮੈਂ ਕਹਿੰਦਾ ਖੁੱਲ੍ਹੇ ਵਾਲਾਂ ਦਾ ਵੀ ਇਤਿਹਾਸ ਬੜਾ ਵੱਡਾ ਹੈ, ਮੈਂ ਕੇਵਲ ਸੰਖੇਪ ਹੀ ਬੇਨਤੀ ਕਰਨੀ ਹੈ। ਖੁੱਲ੍ਹੇ ਵਾਲਾਂ ਵਾਲੀ ਔਰਤ ਨੂੰ ਮੰਨਿਆ ਜਾਂਦਾ ਸੀ ਕਿ ਇਹ ਜਿਹੜੇ ਖੁੱਲ੍ਹੇ ਵਾਲ ਨੇ, ਇਹ ਖੁੱਲ੍ਹੇ ਵਾਲ ਉਦੋਂ ਕੀਤੇ ਜਾਂਦੇ ਸੀ ਜਦੋਂ ਕਿ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਸੀ। ਗੁਰੂ ਪਿਆਰਿਓ, ਇਹਨੂੰ ਅਪਸ਼ਗਨ ਮੰਨਿਆ ਜਾਂਦਾ ਸੀ ਖੁੱਲ੍ਹੇ ਵਾਲਾਂ ਨੂੰ, ਪਰ ਮੈਂ ਬੇਨਤੀ ਕਰਨੀ ਹੈ ਜੇਕਰ ਘਰ ਦੇ ਵਿੱਚ ਧੀ ਭੈਣ ਦੇ ਵਾਲ ਖੁੱਲ੍ਹੇ ਉਂਝ ਵੀ ਹੁੰਦੇ ਸੀ ਅਤੇ ਘਰ ਦੇ ਵਿੱਚ ਬਜ਼ੁਰਗਾਂ ਨੇ ਆਉਣਾ ਅਤੇ ਬਜ਼ੁਰਗ ਔਰਤਾਂ ਉਹਨੂੰ ਬੜਾ ਲੜਦੀਆਂ ਅਤੇ ਬੜਾ ਖਿੱਚਦੀਆਂ, ਉਹਦੇ ਵਾਲ ਜਿਹੜੇ ਸੀ ਗੁੰਦਾਏ ਜਾਂਦੇ ਸੀ। ਖੁੱਲ੍ਹੇ ਵਾਲਾਂ ਨੂੰ ਬਹੁਤ ਵੱਡਾ ਇੱਕ ਅਪਸ਼ਗਨ ਗਿਣਿਆ ਜਾਂਦਾ ਸੀ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕੋਲ ਜਦੋਂ ਵੀ ਆਪਾਂ ਜਾਂਦੇ ਹਾਂ, ਮੈਨੂੰ ਮਾਫ਼ ਕਰਿਓ, ਕੁਝ ਸਾਡੀਆਂ ਭੈਣਾਂ ਨੇ ਇੱਕ ਛੋਟੀ ਜਿਹੀ ਰੁਮਾਲੜੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਜਾ ਕੇ ਮੱਥਾ ਟੇਕਦੀਆਂ ਨੇ ਅਤੇ ਬੜਾ ਹਾਸੋਹੀਣਾ ਜਿਹਾ ਮਾਹੌਲ ਬਣਦਾ ਹੈ। ਉਸੇ ਰੁਮਾਲੜੀ ਨਾਲ ਨਲੀਆਂ ਪੂੰਜੀ ਜਾਣੀਆਂ ਅਤੇ ਉਹਨੂੰ ਸਿਰ 'ਤੇ ਰੱਖ ਕੇ ਅਤੇ ਇੱਕ ਹੱਥ ਉਹ ਰੁਮਾਲ 'ਤੇ ਰੱਖਣਾ ਵੀ ਕਿਤੇ ਡਿੱਗ ਨਾ ਪਏ, ਗਿਰ ਨਾ ਪਏ। ਮੈਨੂੰ ਮਾਫ਼ ਕਰਿਓ ਕਿ ਮੱਥਾ ਵੀ ਚੱਜ ਨਾਲ ਟੇਕਿਆ ਨਹੀਂ ਜਾਂਦਾ। ਇਹ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਨਾਲ ਮਜ਼ਾਕ ਨਹੀਂ ਅਤੇ ਹੋਰ ਕੀ ਹੈ, ਸੋਚਿਓ ਜ਼ਰਾ। ਮੈਂ ਬੇਨਤੀ ਕਰਨੀ ਹੈ ਪਿਆਰਿਓ, ਜਿਹੜੀਆਂ ਬੀਬੀਆਂ ਗੁਰੂ ਘਰ ਜਾਂਦੀਆਂ ਨੇ, ਮੈਂ ਕਹਿੰਦਾ ਬਾਕੀ ਦਿਨਾਂ ਵਿੱਚ ਜੋ ਕਰੀਏ ਕਰੀਏ, ਪਰ ਆ ਸ਼ਹਾਦਤਾਂ ਦੇ ਦਿਨਾਂ ਵਿੱਚ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਗੁੰਦ ਕੇ, ਚੰਗੀ ਤਰ੍ਹਾਂ ਸਿਰ 'ਤੇ ਚੁੰਨੀ ਨਾਲ ਢੱਕ ਕੇ ਅਤੇ ਗੁਰੂ ਘਰ ਦੇ ਵਿੱਚ ਸਲੀਕੇ ਸਹਿਤ ਜਾ ਕੇ ਮੱਥਾ ਟੇਕੀਏ ਅਤੇ ਪਹਿਰਾਵਾ ਵੀ ਆਪਣਾ ਸਾਦਾ ਹੋਵੇ। ਮੈਂ ਬੇਨਤੀ ਕਰਾਂ ਗੁਰੂ ਪਿਆਰਿਓ, ਜੇਕਰ ਇੱਦਾਂ ਕਰਾਂਗੇ ਤਾਂ ਫਿਰ ਰਹਿਮਤ ਵਰਤਣੀ ਹੈ। ਅੱਜ ਮੈਨੂੰ ਮਾਫ਼ ਕਰਿਓ, ਫਿਰ ਸਾਡੀ ਹਾਜ਼ਰੀ ਲੱਗੇਗੀ। ਜੇ ਸਾਡੀ ਹਾਜ਼ਰੀ ਨਾ ਲੱਗਣ ਦਾ ਕਾਰਨ ਕੀ ਹੈ ਕਿ ਅਸੀਂ ਗੁਰੂ ਕੀ ਰਹਿਤ ਦੇ ਉੱਪਰ ਪਹਿਰਾ ਨਹੀਂ ਦੇ ਰਹੇ, ਸਮਝਣਾ ਪਏਗਾ। ਗੁਰੂ ਪਿਆਰਿਓ, ਵੀਰ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਆਪਣਾ ਪਹਿਰਾਵਾ ਜਿਹੜਾ ਹੈ ਪੂਰਾ ਰੱਖ ਕੇ ਜਾਇਓ। ਕਈ ਵਾਰ ਅਸੀਂ ਹੁੰਦਾ ਕਿ ਜਰਾਬਾਂ ਪਾ ਕੇ ਹੀ ਗੁਰੂ ਕੀ ਹਜ਼ੂਰੀ ਵਿੱਚ ਚਲੇ ਜਾਂਦੇ ਹਾਂ, ਕਈ ਵਾਰ ਅਸੀਂ ਸਿਰ ਤੋਂ ਅੱਧ ਨੰਗੇ ਹੀ ਗੁਰੂ ਕੀ ਹਜ਼ੂਰੀ ਵਿੱਚ ਚਲੇ ਜਾਂਦੇ ਹਾਂ, ਕੈਪਰੀਆਂ ਆਦਿਕ ਸ਼ਕਲਟਾਂ ਪਾ ਕੇ ਹੀ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਂਦੇ ਹਾਂ। ਪਿਆਰਿਓ, ਇਹ ਸਾਨੂੰ ਗਲਤੀਆਂ ਜਿਹੜੀਆਂ ਨੇ ਸੁਧਾਰਨੀਆਂ ਪੈਣਗੀਆਂ, ਇਹ ਸਾਨੂੰ ਚੀਜ਼ਾਂ ਆਪਣੇ ਜੀਵਨ ਦੇ ਵਿੱਚੋਂ ਕੱਢਣੀਆਂ ਪੈਣਗੀਆਂ। ਪਿਆਰਿਓ, ਮੈਂ ਇਸ ਕਰਕੇ ਬੇਨਤੀ ਕਰਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਿਕਾਰ ਜ਼ਰੂਰੀ ਹੈ। ਰਾਜਨ ਕੇ ਰਾਜਾ ਮਹਾਰਾਜਨ ਕੇ ਰਾਜਾ, ਐਸੋ ਰਾਜ ਛੋੜ ਔਰ ਦੂਜਾ ਕਾਏ ਧਿਆਈਐ। ਮੇਰੇ ਪਾਤਸ਼ਾਹ ਰਾਜਿਆਂ ਦੇ ਵੀ ਰਾਜੇ ਨੇ, ਮਹਾਰਾਜਿਆਂ ਦੇ ਵੀ ਮਹਾਰਾਜੇ ਨੇ, ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਨੇ। ਜੇ ਤੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸਭ ਤੋਂ ਉੱਪਰ ਸਿਰਮੌਰ ਮੰਨ ਰਹੇ ਹਾਂ ਸੱਜਣੋ, ਫਿਰ ਤੇ ਇਹਨਾਂ ਚੀਜ਼ਾਂ 'ਤੇ ਅਮਲ ਕਰਿਓ। ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕੁਛ ਵੀ ਨਾ ਮੰਨ ਰਹੇ, ਬੇਸ਼ੱਕ ਨਾ ਅਮਲ ਕਰਿਓ। ਇਸ ਗੱਲ ਨੂੰ ਭਾਵੇਂ ਤੁਸੀਂ ਕਿਸੇ ਨਜ਼ਰੀਏ ਨਾਲ ਸਮਝੋਗੇ ਮੈਨੂੰ ਨਹੀਂ ਪਤਾ, ਪਰ ਮੈਂ ਬੇਨਤੀ ਕਰਨੀ ਹੈ ਕਿ ਸਮਝਣਾ ਅਤ ਜ਼ਰੂਰੀ ਹੈ, ਸਮਝਦਾਰੀ ਅਪਣਾਈਏ। ਬੀਬੀਆਂ ਇਹਨਾਂ ਸ਼ਹਾਦਤਾਂ ਦੇ ਦਿਨਾਂ ਦੇ ਵਿੱਚ ਕਦੇ ਵੀ ਆਪਣੇ ਤਨ ਦਾ ਸ਼ਿੰਗਾਰ ਹਾਰ ਸ਼ਿੰਗਾਰ ਨਾ ਕਰਿਆ ਜੇ, ਕਿਉਂਕਿ ਇਹ ਸ਼ਹਾਦਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੈ। ਇਹਨਾਂ ਸ਼ਹਾਦਤਾਂ ਦੇ ਵਿੱਚ ਗੁਰਮੁਖ ਪਿਆਰਿਓ, ਜੇ ਕੋਈ ਕਰਦਾ ਹੈ ਮੈਨੂੰ ਮਾਫ਼ ਕਰਿਓ, ਜੇ ਕੋਈ ਗੁਰੂ ਦੀ ਸਿੱਖਿਆ ਦੀ ਉਲੰਘਣਾ ਕਰਦਾ ਹੈ ਪਿਆਰਿਓ, ਮੈਂ ਕਹਿੰਦਾ ਉਹ ਗੁਰੂ ਕਾ ਪਿਆਰਾ ਕਦੀ ਨਹੀਂ ਹੋ ਸਕਦਾ, ਗੁਰੂ ਕੇ ਸਾਹਿਬਜ਼ਾਦਿਆਂ ਦਾ ਦਰਦੀ ਨਹੀਂ ਮੰਨਿਆ ਜਾ ਸਕਦਾ ਜੇ ਕੋਈ ਅਜਿਹੇ ਕਾਰਜ ਕਰਦਾ ਹੈ। ਗੁਰਮੁਖੋ,
ਆਪਣੇ ਘਰਾਂ ਦੇ ਵਿੱਚ ਜੇਕਰ ਸ਼ਾਦੀ ਵਿਆਹ ਦੇ ਮਾਹੌਲ ਵੀ ਨੇ ਉਹਨੂੰ ਅੱਗੇ ਕਰ ਲਿਆ ਜਾਏ। ਮੈਂ ਕਹਿੰਦਾ ਜਿਹੜਾ ਇਹ ਸ਼ਹਾਦਤਾਂ ਦੇ ਦਿਨਾਂ ਵਿੱਚ ਕਰਦਾ ਹੈ ਮੈਨੂੰ ਮਾਫ਼ ਕਰਿਓ ਕਿ ਉਹਨੂੰ ਗੁਰੂ ਦੇ ਲਾਲਾਂ ਦੀ ਸ਼ਹੀਦੀ ਦਾ ਕੋਈ ਦਰਦ ਨਹੀਂ ਹੈ। ਜੇ ਕੋਈ ਕਰ ਰਿਹਾ ਹੈ, ਜੇ ਕੋਈ ਸੁਣ ਰਿਹਾ ਹੈ, ਕੋਈ ਅਮਲ ਕਰ ਰਿਹਾ, ਮੈਂ ਕਹਿੰਦਾ ਕੋਈ ਇਹੋ ਜਿਹਾ ਕਾਰਜ ਹੈ ਪਿਆਰਿਓ ਉਹਨੂੰ ਅੱਗੇ ਕਰ ਲਿਓ। ਇਹਨਾਂ ਦਿਨਾਂ ਦੇ ਵਿੱਚ ਕਦੇ ਵੀ ਭੁੱਲ ਕੇ ਇਹ ਕਾਰਜ ਨਾ ਕਰਿਆ ਜਾਵੇ, ਕਦੇ ਵੀ ਨਾ ਕਰਿਓ। ਗੁਰਮੁਖ ਪਿਆਰਿਓ ਸਾਡਾ ਫਰਜ਼ ਬਣਦਾ, ਜੇ ਅਸੀਂ ਨਹੀਂ ਸਮਝਾਂਗੇ ਤਾਂ ਹੋਰ ਕੌਣ ਸਮਝੇਗਾ, ਜੇ ਅਸੀਂ ਸਮਝਾਂਗੇ ਤਾਂ ਸਾਨੂੰ ਵੇਖ ਕੇ ਦੂਜਾ ਕੋਈ ਸਮਝਦਾਰੀ ਵਰਤੇਗਾ। ਜੇ ਅਸੀਂ ਅੱਜ ਆਪ ਹੀ ਨਾ ਸਮਝਦਾਰੀ ਵਰਤੀ, ਨਾ ਸਮਝੋ ਕੇ ਬੇਗੈਰ ਧੋ ਕੇ ਕਰਦੇ ਰਹੇ ਤੇ ਦੂਸਰਿਆਂ ਨੂੰ ਤੇ ਕਰਨਾ ਸੌਖਾ ਹੈ, ਤੇ ਸੱਜਣੋ ਕੱਲ ਨੂੰ ਲੋਕ ਸਾਡੇ ਤੇ ਉਂਗਲੀ ਉਠਾਵਣਗੇ ਕਿ ਇਹਨਾਂ ਨੇ ਦਰਦ ਨਹੀਂ ਮੰਨਿਆ ਜੀ, ਤੇ ਅਸੀਂ ਕਿਉਂ ਮੰਨੀਏ। ਉਹ ਦਿਨ ਦੂਰ ਨਹੀਂ ਜਦੋਂ ਗੁਰੂ ਕੇ ਇਹਨਾਂ ਲਾਲਾਂ ਦੀ ਸ਼ਹੀਦੀ ਨੂੰ ਵੀ ਲੋਕ ਮਨਾਉਣ ਤੇ ਇਤਰਾਜ਼ ਕਰਿਆ ਕਰਨਗੇ। ਅੱਜ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਕਾਰਨ ਵੀ ਇੱਕ ਅਜਿਹਾ ਤਰੀਕਾ ਹੀ ਬਣਿਆ ਹੋਇਆ ਸਾਡਾ। ਗੁਰੂ ਨੂੰ ਸਭ ਤੋਂ ਵੱਧ ਜਿਹੜਾ ਸਤਿਕਾਰ ਅਸੀਂ ਦੇਣਾ ਸੀ, ਪਰ ਅਸੀਂ ਗੁਰੂ ਦਾ ਸਤਿਕਾਰ ਉਹਨਾਂ ਕਰ ਨਹੀਂ ਰਹੇ, ਤਾਂ ਹੀ ਦੂਸਰੇ ਲੋਕਾਂ ਦੀ ਇੰਨੀ ਹਿੰਮਤ ਪੈ ਗਈ, ਬਾਹਰਲੀਆਂ ਦੂਸਰੀਆਂ ਸਟੇਟਾਂ ਤੋਂ ਆ ਕੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬੇਅਦਬੀਆਂ ਲੋਕਾਂ ਨੇ ਕਰਨ ਦਾ ਜਿਹੜਾ ਹੈ ਜੇਰਾ ਠਾਣ ਲਿਆ ਹੈ। ਸੋਚਿਓ ਕਦੇ ਇਸ ਗੱਲ ਦੇ ਉੱਪਰ ਪਹਿਰਾ ਦੇਣ ਦੀ ਲੋੜ ਹੈ। ਹਾਲਾਂਕਿ ਇਹ ਗੱਲ ਕਈਆਂ ਨੂੰ ਮੇਰੀ ਚੰਗੀ ਨਾ ਲੱਗੇ, ਪਰ ਇਸ ਗੱਲ ਦੇ ਵਿੱਚ ਸੱਚਾਈ ਛੁਪੀ ਹੋਈ ਹੈ। ਕਦੇ ਆਪਣੇ ਮਨ ਤੋਂ ਇਸ ਗੱਲ ਨੂੰ ਸੋਚ ਕੇ ਵੇਖਿਆ ਜੇ। ਗੁਰਮੁਖ ਪਿਆਰਿਓ, ਆਪਣੀਆਂ ਗਲਤੀਆਂ ਨੂੰ ਸੁਧਾਰੀਏ, ਇੱਕ ਇੱਕ ਕਰਕੇ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਕੁਝ ਸਿੱਖਿਆ ਪ੍ਰਾਪਤ ਕਰੀਏ। ਇਹ ਸਾਡੇ ਲਈ ਬਹੁਤ ਲਾਭਦਾਇਕ ਹੈ। ਪਾਤਸ਼ਾਹ ਦੀ ਖੁਸ਼ੀ ਲੈਣੀ ਹੈ ਅਤੇ ਸਤ ਸੰਗਤ ਇਹਨਾਂ ਚੀਜ਼ਾਂ ਦੇ ਨਾਲ ਸਹਿਮਤੀ ਜਤਾਉਣੀ ਪਏਗੀ। ਪਾਤਸ਼ਾਹ ਜੀ ਕਿਰਪਾ ਕਰਨ। ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਤ ਸੰਗਤ ਬੇਨਤੀਆਂ ਕਰੋ ਜੀ, ਪ੍ਰਵਾਨ ਬੁਲਾਓ, ਫਤਿਹ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।